ਪੰਜਾਬ ਵਿਧਾਨ ਸਭਾ ਦੇ اجلاس ਦੇ ਦੂਸਰੇ ਦਿਨ 'ਚ ਜੋ ਤਿੰਨ ਬਿੱਲ ਖੇਤੀ ਸਬੰਧੀ ਰੱਖੇ ਗਏ ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਗੁਜੀਤ ਓਜਲਾ ਜੀ ਜਿਹੜੇ ਸੰਸਦ ਨੇ ਮੌਜੂਦ ਨੇ ਸਰ ਵਡ ਪੰਜਾਬੀ ਸਵਾਗਤ ਹੈ ਜੀ ਧੰਨਵਾਦ ਜੀ ਸਰ ਗੱਲ ਕਰੀਏ ਜਿਹੜੇ ਰੱਖੇ ਗਏ ਅੱਜ ਬਿੱਲ ਖੇਤੀ ਦੇ ਰਿਲੇਟਡ ਹੈ ਸੈਂਟਰ ਦੇ ਜਿਹੜੇ ਬਿੱਲ ਆ ਉਹਨਾਂ ਨੂੰ ਓਵਰਲੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋੜਿਆ ਮੋੜਿਆ ਗਿਆ ਲੇਕਿਨ ਅਸੀਂ ਕਹਿਣਾ ਚਾਹਾਂਗੇ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਬਿੱਲ ਪਾਸ ਹੋ ਸਕਣਗੇ ਦੇਖੋ ਗੱਲ ਬਿੱਲ ਪਾਸ ਹੋਣ ਦੀ ਨਹੀਂਗੀ ਹਾਂਜੀ ਗਲਤੀ ਹੈ ਕਿ ਜਿਹੜਾ ਅੱਜ ਪੰਜਾਬ ਦਾ ਕਿਸਾਨ ਰਲ ਰਿਹਾ ਸੀ ਉਹਨੂੰ ਆਪਣੀ ਇੱਛਾ ਸ਼ਕਤੀ ਜਾਰ ਕਰਨੀ ਹੈ ਕਾਂਗਰਸ ਪਾਰਟੀ ਨੇ ਕਿਉਂਕਿ ਉਹਨਾਂ ਦੀ ਇੱਕ ਸ਼ਰਤ ਸੀ ਜਦੋਂ ਉਹਨਾਂ ਦੀ ਗੱਲ ਹੋਈ ਹੈ ਮੀਟਿੰਗ ਹੋਈ ਇੱਕ ਸਰਵਸੰਮਤੀ ਦੇ ਨਾਲ ਇਹ ਗੱਲ ਸਾਹਮਣੇ ਉੱਠ ਕੇ ਆਈ ਕਿ ਤੁਸੀਂ ਵਿਧਾਨ ਸਭਾ 'ਚ ਮਤਾ ਪਾਸ ਕਰੋ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਕਰਾਂਗਾ ਜਦਕਿ ਉਤੋਂ ਪਹਿਲੇ ਰਾਹੁਲ ਜੀ ਆਏ ਉਦੋਂ ਵੀ ਇਹਨਾਂ ਨੇ ਸੀਐਮ ਸਾਹਿਬ ਨੇ ਕਿਹਾ ਸੀ ਅਸੀਂ ਕਰਾਂਗੇ ਪਰ ਫਿਰ ਵੀ ਇਹਨਾਂ ਨੇ ਉਹਨਾਂ ਦੀ رائے ਲੈਣ ਵਾਸਤੇ ਇੱਕ ਉਹਨਾਂ ਦੇ ਨਾਲ ਮੀਟਿੰਗ ਕੀਤੀ ਕਿਸਾਨ ਜਥੇਬੰਦੀਆਂ ਦੇ ਨਾਲ ਸੋ ਉਹ ਮਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਅੱਜ ਲੈ ਕੇ ਆਏ ਆ ਇਹਦਾ ਕਾਨੂੰਨ ਬੰਨਣਾ ਨਹੀਂ ਅੱਗੇ ਪਾਸ ਹੋਣਾ ਉਹ ਇੱਕ ਬਾਅਦ ਦੀ ਗੱਲ ਹੈ ਪਰ ਅੱਜ ਇੱਕ ਇੱਛਾ ਸ਼ਕਤੀ ਇੱਕ ਪੰਜਾਬ ਨੇ ਸਾਰੇ ਹਿੰਦੁਸਤਾਨ ਕੀ ਵਰਲਡ ਦੇ ਅੱਗੇ ਜਾਰੀ ਕਰ ਦਿੱਤੀ ਕਿ ਪੰਜਾਬ ਇਸ ਮਸਲੇ ਤੇ ਹਰ ਜਥੇਬੰਦੀਆਂ ਐਨ ਜੀਓ ਕਲਾਕਾਰ ਬੁੱਧੀਜੀਵੀ ਔਰ ਜਿਨ੍ਹਾਂ ਦੀ ਲੋੜ ਸੀ ਵੱਡੀ ਰਾਜਨੀਤਿਕ ਬੰਦੇ ਉਹਨਾਂ ਨੇ ਵੀ ਕਾਨੂੰਨੀ ਤੌਰ ਤੇ ਆਪਣੀ ਜਿਹੜੀ ਇੱਛਾ ਸ਼ਕਤੀ ਉਹ ਜ਼ाहिर ਕਰਤੀ ਹੈ ਮੁੱਖ ਮੰਤਰੀ ਸਾਹਿਬ ਨੇ ਅੱਜ ਉਹ ਇਸ ਗੱਲ ਨੂੰ ਵਧਾਈ ਦੇ ਪਾਤਰ ਨੇ ਕਿ ਚਾਹੇ ਪਾਣੀਆਂ ਦਾ ਮਸਲਾ ਹੋਵੇ ਚਾਹੇ 84 ਦਾ ਮਸਲਾ ਹੋਵੇ ਚਾਹੇ ਦੁਬਾਰਾ ਪਾਣੀਆਂ ਦਾ ਮਸਲਾ ਸੁਪਰੀਮ ਕੋਰਟ ਤੋਂ ਗਿਸਟ ਆਵੇ ਉਹਨਾਂ ਹਰ ਸਮੇਂ ਰਜ਼ਾਈਨ ਕੀਤੇ ਆ ਔਰ ਵਿਧਾਨ ਸਭਾ ਜ ਡਟ ਕੇ ਵਿਰੋਧਤਾ ਬਿੱਲ ਲੈ ਕੇ ਆਏ ਚਾਹੇ ਕੋਈ ਵੀ ਮਸਲਾ ਹੋਵੇ ਔਰ ਪੰਜਾਬ ਦੇ ਹੱਕ ਲਈ ਖੜੇ ਚਾਹੇ ਦਰਿਆ ਦੇ ਪਾਣੀਆਂ ਦਾ ਮਸਲਾ ਸੀ ਅੱਜ ਵੀ ਉਹਨਾਂ ਨੇ ਕਿਸਾਨ ਦੇ ਹੱਕ 'ਚ ਖੜ ਕੇ ਔਰ ਸਪਸ਼ਟ ਤੌਰ ਤੇ ਫਲੋਰ ਹਾਊਸ ਆਫ ਦਾ ਫਲੋਰ ਕਹਿ ਕੇ ਕਿ ਮੈਂ ਡਰਦਾ ਨਹੀਂ ਕਿਸੇ ਗੱਲ ਤੋਂ ਤੁਸੀਂ ਜੋ ਵੀ ਕਰੋਗੇ ਭਾਵੇਂ ਮੇਰੀ ਸਰਕਾਰ ਭੰਗ ਕਰ ਦਿਓ ਮੈਂ ਤਿਆਰ ਆ ਮੇਰੇ ਤੇ ਦਬਾਅ ਬਣਾਓਗੇ ਤੇ ਮੈਂ ਰਿਜ਼ਾਈਨ ਕਰ ਦਿਆਂਗਾ ਤਾਂ ਸੀਐਮ ਸਾਹਿਬ ਨੇ ਤਾਂ ਕਹਿਤਾ ਰਿਜਾਈਨ ਕਰ ਦੇਗਾ ਕਿ ਆ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਸੀਗਾ ਕਿ ਗਵਰਨਰ ਜਿਹੜੇ ਹੈਗੇ ਆ ਉਹ ਸਾਈਨ ਨਹੀਂ ਕਰਨਗੇ ਇਹੋ ਜਿਹਾ ਪਹਿਲਾਂ ਹੀ ਨਹੀਂ ਅੰਦੇਸ਼ਾ ਇਹ ਚੀਜ਼ਾਂ ਇਹ ਚੀਜ਼ਾਂ ਪਤਾ ਹੁੰਦੀਆਂ ਫਿਰ ਇੱਛਾ ਸ਼ਕਤੀ ਕਿਵੇਂ ਜਾਰੀ ਕਰਨਗੇ ਫਿਰ ਫਿਰ ਇਹ ਬਿੱਲ ਨਹੀਂ ਲਿਆਉਣਾ ਚਾਹੀਦਾ ਨਾ ਲਿਆਉਂਦੇ ਪੰਜਾਬ ਖਿੰਡਿਆ ਪੁੰਡਿਆ ਲੱਗਣਾ ਸੀ ਪੰਜਾਬ ਖਿੰਡਿਆ ਪੁੰਡਿਆ ਲੱਗਦਾ ਸੀ ਕਿ ਕਿਸਾਨ ਜਥੇਬੰਦੀਆਂ ਕਰਨ ਰਹੀਆਂ ਅਸੀਂ ਕੀ ਕਰ ਰਹੇ ਹਾਂ ਉਹਨਾਂ ਨੇ ਇੱਕ ਇੱਕ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਹੋਇਆ ਕਿ ਇੱਕ ਬਿੱਲ ਲੈ ਕੇ ਆਉਣਾ ਚਾਹੀਦਾ ਔਰ ਸਾਰੀਆਂ ਧਿਰਾਂ ਦਾ ਵੀ ਇਹ ਮੰਨਣਾ ਸੀ ਕਿ ਬਿੱਲ ਲਿਆਉਣਾ ਚਾਹੀਦਾ ਵਿਧਾਨ ਸਭਾ ਚ ਸੋ ਇਹ ਇੱਕ ਇਹ ਇੱਕ ਅ ਪ੍ਰਕਿਰਿਆ ਆ ਜਿਹਨੂੰ ਮਤਲਬ ਅਪਣਾਉਣਾ ਇੱਕ ਇੱਕ ਮੁੱਠ ਜ਼ਾਹਰ ਕਰਨਾ ਇੱਕ ਇੱਕ ਸੋਚ ਹੈ ਕਿ ਜਿਹੜੇ ਲੋਕ ਲੜ ਰਹੇ ਨੇ ਅਸੀਂ ਉਹਨਾਂ ਦੇ ਚੁਣੇ ਹੋਏ ਨਮਹਦੇ ਆ ਜੋ ਜੋ ਦੁਖੀ ਨੇ ਅਸੀਂ ਆਪਣੇ ਵੱਲੋਂ ਇਹ ਜਿਹੜੇ ਆ ਇਹਦੀ ਵਿਰੋਧਤਾ ਕਰਦੇ ਆ ਔਰ ਅਸੀਂ ਇਹਦਾ ਮਤਾ ਅਸੀਂ ਬਿੱਲ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਬਿੱਲ ਲੈ ਕੇ ਆਏ ਸਿਰਫ ਕਿਸਾਨਾਂ ਨੂੰ ਉਪਰੀ ਤੌਰ ਤੇ ਸਮਝਾਉਣਾ ਨਹੀਂ ਹੈਗਾ ਕਿ ਅਸੀਂ ਤਾਂ ਆਪਣੇ ਵੱਲੋਂ ਕਰਤਾ ਅੱਗੇ ਹੋਵੇ ਨਾ ਹੋਵੇ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਫਿਰ ਉਹੀ ਕੁਐਸਚਨ ਆਉਂਦੇ ਨੇ ਕਿ ਸ਼ਾਇਦ ਤੁਸੀਂ ਡਰ ਕੇ ਨਹੀਂ ਕਰ ਰਹੇ ਤੁਸੀਂ ਦਬਾਅ ਥੱਲੇ ਜਿਕੇ ਹੋ ਹੁਣ ਦੇਖੋ ਨਾ ਸੀਐਮ ਦੀ ਕੁਰਸੀ ਯਾਨੀ ਕੋਈ ਛੋਟੀ ਗੱਲ ਨਹੀਂ ਗਈ ਕੋਈ ਛੋਟੀ ਗੱ ਕਿਹਨੂ ਸੀਐਮ ਬਣਾ ਕੇ ਕੋਈ ਮੈਨੂੰ ਪਰਵਾਹ ਨਹੀਂ ਮੇਰਾ ਡਿਜ਼ਾਈਨ ਕਰਦੇ ਅਗਰ ਅੱਜ ਗਵਰਨਰ ਅਸੈਪਟ ਨਹੀਂ ਕਰਨਗੇ ਇਸ ਬਿਲ ਨੂੰ ਤਾਂ ਡਿਜ਼ਾਈਨ ਦੇ ਦਿੰਗੇ ਸੀਐਮ ਉਹ ਜਿਹੜਾ ਉਹਨਾਂ ਨੇ ਕਿਹਾ ਹੈਗਾ ਇਹ ਇਹ ਹੁਣ ਬਾਅਦ ਚ ਪਾਰਟੀ ਹਾਈ ਕਮਾਂਡ ਸਲਾਹ ਕਰੇਗੀ ਇਸ ਹੁਣ ਇਸ ਗੱਲ ਦਾ ਮੈਂ ਨਹੀਂ ਕਹਿ ਸਕਦਾ ਪਰ ਉਹਨਾਂ ਨੇ ਉਸਤੇ ਕਿਹਾ ਬਲੋਰ ਤੇ ਕਿ ਮੈਨੂੰ ਦਬਾਅ ਇਹਦਾ ਟਾਈਮ ਹੁੰਦਾ ਇਹ ਨਹੀਂ ਹੁੰਦਾ ਕਿ ਹੁਣ ਉਹ ਨਹੀਂ ਕਰ ਰਹੇ ਤੇ ਸਾਮੀ ਇਸਤੀਫਾ ਟਾਈਮ ਟਾਈਮ ਹੀ ਉਹਨਾਂ ਦਾ ਟਾਈਮ ਇਨ ਟਾਈਮ ਜੇ ਨਹੀਂ ਕਰਨਗੇ ਫਿਰ ਪਾਰਟੀ ਜਿਹੜਾ ਫੈਸਲਾ ਲਏਗੀ ਇਕੱਲੇ ਸੀਐਮ ਨਹੀਂ ਅਸੀਂ ਵੀ ਨਾਲ ਖੜੇ ਮੈਂਬਰ ਪਾਰਲੀਮੈਂਟ ਵੀ ਨਾਲ ਖੜੇ ਉਹਨਾਂ ਦੇ ਸਰ ਪੰਜਾਬ ਦੇ ਜਿੰਨੇ ਕਿਸਾਨ ਜੱਥੇਬੰਦੀਆਂ ਆ ਜਾਂ ਕਿਸਾਨ ਨੇ ਅਗਰ ਉਹਨਾਂ ਦੀ ਗੱਲ ਕੀਤੀ ਜਾਵੇ ਐਮਐਸਪੀ ਲਈ ਲੜਾਈ ਲੜ ਰਹੇ ਨੇ ਰੇਲ ਪਟੜੀਆਂ ਤੇ ਲੜ ਰਹੇ ਨੇ ਕਈਆਂ ਦੀ ਜਾਨ ਤੱਕ ਜਾ ਚੁੱਕੀ ਹੈ ਐਮਐਸਪੀ ਦੀ ਸਾਰੀ ਗੱਲ ਹੈ ਹੁਣ ਐਮਐਸਪੀ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਅੱਜ ਦੇ ਬਿਲਚ ਕਿਹਾ ਹੈ ਕਿ ਐਮਐਸਪੀ ਨੂੰ ਅਸੀਂ ਜਾਰੀ ਰੱਖਾਂਗੇ ਲੇਕਿਨ ਅਗਲੇ ਹੀ ਪੇਜ ਤੇ ਲਿਖਿਆ ਗਿਆ ਹੈ ਕਿ ਐਮਐਸਪੀ ਰਹੇਗਾ ਉਹ ਜੋ ਸੈਂਟਰ ਸਰਕਾਰ ਤੈਅ ਕਰੇਗੀ ਉਹੀ ਤਾਂ ਲੜਾਈ ਹੈ ਅਗਰ ਸੈਂਟਰ ਸਰਕਾਰ ਜੋ ਜਦੋਂ ਰੱਦੀ ਕਰ ਦੇਗੀ ਫਿਰ ਐਮਐਸਪੀ ਰਹਾ ਹੀ ਨਹੀਂ ਇਹ ਜਿਹੜੇ ਤਰੋੜ ਮਰੋੜ ਨਹੀਂ ਹੈ ਟੈਕਨੀਕਲ ਚੀਜ਼ਾਂ ਨਹੀਂ 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 ਕਿਉਂਕਿ ਐਮਐਸਪੀ ਸੈਂਟਰ ਸਰਕਾਰ ਲਾਉਂਦੀ ਉਹ ਅਸੀਂ ਨਹੀਂ ਲਾਉਂਦੇ ਜੀ ਉਹਨਾਂ ਨੇ ਕਿਹਾ ਜੋ ਸੈਂਟਰ ਸਰਕਾਰ ਲਾਉਗੇ ਅਸੀਂ ਅਸੀਂ ਉਹਦੇ ਨਾਲ ਐਮਐਸਪੀ ਉਹ ਘਟਾਉਣ ਤੇ ਨਹੀਂ ਲੱਗੇ ਐਮਐਸਪੀ ਦੇ ਵਧਣਾ ਸੁਆਮੀ ਨਾਥਨ ਰਿਪੋਰਟ ਦੀ ਅਸੀਂ ਤਾਂ ਮੰਗ ਕਰਦੇ ਹਾਂ ਉਹਨਾਂ ਤੋਂ ਸੈਂਟਰ ਤੋਂ ਉਹਦੇ ਵਧਣਾ ਹੀ ਹੈ ਉਨਾ ਐਮਐਸਪੀ ਕਿਹੜਾ ਕੋਈ ਇਹ 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 ਵੀ ਕਲੀਅਰ ਹੀ ਹੈ ਕਿ ਦੋ ਐਮਐਸਪੀ ਨਹੀਂ ਹੋਣਗੇ ਪੰਜਾਬ ਦਾ ਵੱਖਰਾ ਤੇ ਉਹਨਾਂ ਦਾ ਵੱਖਰਾ ਵੀ ਜੋ ਸੈਂਟਰ ਸਰਕਾਰ ਇੱਕ ਜਨੋਨਿਮਸਲੀ ਫਾਰ ਦਾ ਕੰਟਰੀ ਕਰਦੀ ਹੈ ਉਹ ਉਹੀ ਲੱਗ ਮਗਰ ਮੁੜ ਚਾਬੀ ਮਤਲਬ ਸੈਂਟਰ ਸਰਕਾਰ ਕੋਲ ਹੀ ਰਹੇਗੀ ਐਮਐਸਪੀ ਦੀ ਉਹ ਚਾਬੀ ਕਿਵੇਂ ਸੈਂਟਰ ਸਰਕਾਰ ਕੋਲੋਂ ਘਟਾ ਦੇਣ ਅਗਰ ਹੋਰ ਘਟਾ ਦੇਣ ਜੀ ਘਟਾ ਘਟਾਉਂਦਾ ਤੇ ਮਸਲਾ ਹੀ ਪੈਦਾ ਨਹੀਂ ਹੁੰਦਾ ਤੂੰ ਮੈਨੂੰ ਦੱਸੋ ਤੁਸੀਂ ਐਮਐਸਪੀ ਵੀ ਦੇਖੀ ਹੈ ਜੀ ਤੱਕ ਇੱਕ ਮਿੰਟ ਤੁਸੀਂ ਤੇ ਮੈਂ ਤੁਸੀਂ ਮੈਨੂੰ ਸਵਾਲ ਕੀਤਾ ਇੱਕ ਮਿੰਟ ਮੈਂ ਅਗਰ ਦਾ ਮੈਂ ਜਵਾਬ ਦੇਣ ਲੱਗਾ ਉੱਥੇ ਤੁਸੀਂ ਜਦੋਂ ਦਾ ਐਮਐਸਪੀ ਲਾਗੂ ਹੋਇਆ ਕਾਠਾ ਉਦੋਂ ਸੈਂਟਰ ਸਰਕਾਰ ਨਹੀਂ ਘਟਾਉਂਦੀ ਛੋਟੇ ਵੀਰ ਨਹੀਂ ਅਗਰ ਉਹ ਐਮਐਸਬੀ ਦਾ ਮੁੱਦਾ ਹੈਗਾ ਐਗਰ ਉਹ ਸੈਂਟਰ ਸਰਕਾਰ ਐਮਐਸਬੀ ਕੋਈ ਤੈ ਹੀ ਨਾ ਕਰੇ ਐਸਬੀ ਨਾ ਲੱਗਣ ਦੇ ਇੰਨਾ ਸੰਘਰਸ਼ ਹੋ ਰਿਹਾ ਤੇ ਕੀ ਮੁੜ ਕੇ ਘਟਾਉਣਗੇ ਕੀ ਬਾਤ ਕਰ ਰਹੇ ਯਾਰ ਤੁਸੀਂ ਇਹਦਾ ਤਾਂ ਮਸਲਾ ਹੀ ਨਹੀਂ ਹੈਗਾ ਮਸਲਾ ਤੇ ਇਸ ਵੇਲੇ ਇੱਕੋ ਬਣਿਆ ਪਿਆ ਵਾ ਵੀ ਜਿਹੜੇ ਬਿੱਲ ਨੇ ਉਹ ਵਾਪਸ ਲੈਣ ਦੇ ਪੰਜਾਬ ਇੱਕ ਮੁੱਠ ਚਾਹੀਦਾ ਪੰਜਾਬ ਖੜ ਗਿਆ ਵਾ ਔਰ ਪੰਜਾਬ ਇੱਕ ਮੁੱਠ ਹੈ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੇਂਦਰ ਸਰਕਾਰ ਨੂੰ ਚੁਕਣਾ ਪਏਗਾ ਅੱਜ ਪੰਜਾਬ ਨੇ ਪਹਿਲ ਕਦਮੀ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲ ਕਦਮੀ ਕੀਤੀ ਹੈ ਇਹ ਪਹਿਲ ਕਦਮੀ ਕੱਲਾ ਇਹ ਨਹੀਂ ਦੇਖ ਰਹੇ ਨਾਲ ਦੀਆਂ ਰਾਜ ਵੀ ਦੇਖ ਰਹੇ ਸਮੁੱਚਾ ਨੈਸ਼ਨਲ মিডিਆ ਦੇਖ ਰਿਹਾ ਨੈਸ਼ਨਲ ਦੇ ਨਾਲ ਜਿੰਨੇ ਸਟੇਟ ਨੇ ਔਰ ਅੰਤਰਰਾਸ਼ਟਰੀ ਪੱਤਰ ਤੇ ਲੋਕ ਦੇਖ ਰਹੇ ਨੇ ਔਰ ਗਾਂ ਬਦੂ ਕਿਸਾਨ ਹੈ ਪੰਜਾਬ ਦਾ ਐਡਾ ਮਾੜਾ ਕਿਸਾਨ ਨਹੀਂਗਾ ਸੋ ਅੱਜ ਪੰਜਾਬ ਨੇ ਜਦੋਂ ਇਸ਼ਾ ਸ਼ਕਤੀ ਯਾਰ ਕੀਤੀ ਜੇ ਪੰਜਾਬ ਲਈ ਮਾੜਾ ਜਿੰਨੂੰ ਤੁਸੀਂ ਚ ਫਾਇਦਾ ਦੇਣ ਉਹ ਕਹਿੰਦਾ ਮੈਂ ਮੈਨੂੰ ਲੈ ਪਿਆ ਫਾਇਦਾ ਲੈਣਾ ਨਹੀਂ ਕੇਂਦਰ ਵਾਲਿਆਂ ਦਾ ਫੇ ਧੱਕੇ ਨਾ ਕਿਸੇ ਨੂੰ ਦੇਣਾ ਤੁਸੀਂ ਫਰ ਸਾਡਾ ਜਿਹੜਾ ਦੇਸ਼ ਹੈਗਾ ਹੈ ਸੰਗੀਟਾਂਚਾ ਹੈ ਫੈਡਲਿਜ਼ਮ ਹੈ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਇਹ ਲੜਾਈ ਲੰਬੀ ਚੱਲੀ ਤਾਂ ਉਹ ਫੈਡਲਿਜ਼ਮ ਨੂੰ ਸੰਗੀਟਾਂਚਾ ਨੂੰ ਕਿੰਨੇ ਦੀ ਧੱਕਾ ਲੱਗੇਗਾ ਨਹੀਂ ਸੰਗੀਟਾਂਚਾ ਤਾਂ ਖਤਮ ਕੀਤਾ ਪਿਆ ਉਹਨਾਂ ਨੇ ਅੱਗੇ ਇੱਕ ਐਗਰੀਕਲਚਰੀ ਸਾਡੇ ਕੋਲ ਸੀ ਉਹ ਵੀ ਉਹਨਾਂ ਨੇ ਖੋਲੀ ਉਹ ਵੀ ਆਪਣੇ ਅੰਡਰ ਲੈ ਗਏ ਕਿਸਾਨ ਨੂੰ ਕੋਈ ਦੁੱਖਤ ਆ ਗਈ ਕਿਸਾਨ ਦਾ ਕਿਤੇ ਕਾਨੂੰਨੀ ਸਹਾਇਤਾ ਨਹੀਂ ਲੈ ਸਕਦਾ ਹੁਣ ਤਾਂ ਕਾਨੂੰਨੀ ਸਹਾਇਤਾ ਲਾਹਸਦਾ ਪਰਜਾ ਦਰਜ ਕਰਾਦਾ ਕੋਰਟ ਚ ਜਾ ਸਕਦਾ ਸਾਡੀ ਬਿਲ ਜਿਹੜਾ ਲਿਖ ਕੇ ਆਈ ਨੇ ਕੈਪਟਨ ਸਾਹਿਬ ਅਦਰਵਾਇਜ਼ ਤੇ ਉਹ ਕੁਝ ਵੀ ਨਹੀਂ ਕਰ ਉਹਦੀ ਜੋਇੰਟ ਸੈਕਟਰੀ ਦੇ ਅਪੀਲ ਹੈ ਸੈਂਟਰ ਚ ਜਾ ਕੇ ਜਿਹੜਾ ਜਿਹੜਾ ਪ੍ਰਾਈਸ ਹਾਂਜੀ ਜਿਹੜਾ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਹੈ ਉਹਦੇ ਮੁਤਾਬਿਕ ਤੇ ਤੁਸੀਂ ਜਾਣਾ ਕਿੱਥੇ ਆ ਉੱਥੇ ਜਾ ਕੇ ਜੁਆਇੰਟ ਸੈਕਟਰ ਕੋ ਜਾਵਾਂਗੇ ਆਪਾਂ ਡੀਸੀ ਵਗੈਰਾ ਨਹੀਂ ਡੀਸੀ ਐਸਡੀਐਮ ਡੀਸੀ ਤੋਂ ਬਸ ਜੁਆਇੰਟ ਸੈਕਟਰੀ ਦੇ ਕੰਪਲੀਟ ਕਰ ਦੋ ਕਿਹੜਾ ਕਰੂ 2-5 ਏਕੜ ਵਾਲਾ ਸਰ ਫਿਰ ਹੁਣ ਮੰਨिए ਕਿ ਕਿਸਾਨ ਨੂੰ ਰਾਹਤ ਮਿਲੇਗੀ ਇਸ ਤੋਂ ਬਿਲਕੁਲ ਮਿਲੇਗੀ ਅਗਰ ਲੇਕਿਨ ਪਾਸ ਹੁੰਦੇ ਆ ਤਾਂ ਕੋਈ ਲੜਾਈ ਅਗਰ ਪਾਸ ਹੁੰਦੇ ਆ ਅਗਰ ਪਾਸ ਵੀ ਹੋਣਗੇ ਨਹੀਂ ਵੀ ਹੋਏਗਾ ਅਸੀਂ ਲੜਾਈ ਇੱਕ ਮੁੱਠ ਹੋ ਕੇ ਕਿਸਾਨ ਦੀ ਦਿੱਲੀ ਤੱਕ ਲੜਾਂਗੇ अगर अफसर पास हो भी ਜਾਂਦੇ ਆ ਵੈਸੇ ਤਾਂ ਉਹ ਦੇਖਣ ਦੀ ਗੱਲ ਹੋएगी ਲੇਕਿਨ ਇਸ ਨਾਲ ਕੀ ਹੋ ਸਕਦਾ ਹੈ ਕਿ ਜਿਹੜੇ ਪਹਿਲਾਂ ਸੈਂਟਰ ਲੈ ਕਾਨੂੰਨ ਬਣਾਤੇ ਹੋ ਰੱਦ ਹੋ ਜਾਣਗੇ ਇਹੋ ਜਿਹਾ ਕੋਈ ਪ੍ਰਾਵਧਾਨ ਨਹੀਂ ਹੈ ਕਾਨੂੰਨ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਇਹ ਲਾਗੂ ਨਹੀਂ ਕਰਨੇ ਸਾਡੀ ਸਟੇਟ ਨਹੀਂ ਮੰਨਦੀ ਇਹਨਾਂ ਚੀਜ਼ਾਂ ਸਾਡੇ ਕਿਸੇ ਨੇ ਕੰਮ ਕਰਨਾ ਸਾਡੇ ਅਧਿਕਾਰ ਖੇਤਰ ਹੈ ਜਿਹੜਾ ਐਗਰੀਕਲਚਰ ਉਹ ਸਟੇਟ ਸਬਜੈਕਟ ਹੈ ਉਹ ਉਹ ਸਟੇਟ ਨੇ ਦੇਖਣਾ ਹੈ ਕਿ ਕੀ ਠੀਕ ਹੈ ਕੀ ਬੈਟਰ ਹੈ ਸਰ ਐਮਐਸਪੀ ਮੱਕੀ ਤੇ ਪਹਿਲਾਂ ਵੀ ਨਹੀਂ ਮਿਲਦੀ ਸੀ ਅਗਰ ਹੈਗੀ ਵੀ ਸੀ ਐਮਐਸਪੀ ਸੈਂਟਰ ਤੈਅ ਕਰਦੀ ਸੀ ਹੁਣ ਹੁਣ ਜਦੋਂ ਗੱਲ ਮਿਲਦੀ ਨਹੀਂ ਸੀ ਜਿਹੜੀ ਤੈਅ ਹੈ ਇਨਾਂ ਦੀ ਹੀ ਲੜਾਈ ਆ ਅੱਜ ਕਿਸਾਨ ਦੀ ਜਿਹੜੀ ਲੜਾਈ ਆ ਇੱਕ ਮੁੱਠ ਹੋ ਕੇ ਪੰਜਾਬ ਸਾਰਾ ਲੜੇਗਾ ਚਾਹੇ ਐਮਐਸਪੀ ਹੋਵੇ ਚਾਹੇ ਮੱਕੀ ਦੇ ਘਟ ਫਸਲ ਦੀ ਗੱਲ ਹੋਵੇ ਤਿਲਾਂ ਦੇ ਘਟ ਫਸਲ ਦੀ ਗੱਲ ਹੋਵੇ ਕਾਟਨ ਦੀ ਗੱਲ ਹੋਵੇ ਜਿੱਥੇ ਵੀ MSPD ਦਾ ਮੁੱਦਾ ਹੈ ਉੱਥੇ ਸਾਰੇ ਇੱਕ ਮੁੱਠ ਹੋ ਕੇ ਲੜਾ ਜੀ ਧੰਨਵਾਦ ਸਰ ਤੇ ਇਸ ਹਨ ਸਾਡੇ ਨਾਲ ਸੰਸਦ ਗੁਰਜੀਤワਜਲਾ ਜੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਲੜਾਈ ਜਿਹੜੀ ਜਾਰੀ ਰੱਖਾਂਗੇ ਔਰ ਇਹ ਬਿੱਲਾਂ ਦਾ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਆਪਣੀ ਇੱਛਾ ਸ਼ਕਤੀ ਜਿਹੜੀ ਹੈ ਕਾਂਗਰਸ ਪਾਰਟੀ ਨੇ ਜ਼ਾਹਿਰ ਕੀਤੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ ਹਾਂ ਹਾਲਾਂਕਿ ਦੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਇਸ ਦਾ ਜਿਹੜਾ ਹੈ ਲਾਭ ਮਿਲ ਪੰਦਾ ਹੈ ਕਿ ਨਹੀਂ ਮਿਲ ਪੰਦਾ ਹੈ ਹੁਣ ਗਵਰਨਰ ਨੂੰ ਜਿਹੜਾ ਹੈ ਸੀਐਮ ਮਿਲਣ ਜਾਣਗੇ ਹੋਰ ਵੀ ਜਿੰਨੇ ਤਮਾਮ ਧਿਰ ਹੈਗੇ ਨੇ ਸਿਆਸੀ ਧਿਰ ਹੈਗੇ ਨੇ ਉਹ ਸਾਰੇ ਇਕੱਠੇ ਹੋ ਕੇ ਜਾਣਗੇ ਕਿਉਂਕਿ ਸੀਐਮ ਨੇ ਇਕੱਠਾ ਸੱਦਾ ਦਿੱਤਾ ਹੈ ਸਾਰੇ ਨੂੰ ਗ ਕਰੀਆ ਰਹਿੰਦੀ ਹੈ ਉਹਨਾਂ ਦਾ ਕੀ ਪ੍ਰਤੀਕਰਮ ਰਹਿੰਦਾ ਹੈ ਔਰ ਉਸ ਤੋਂ ਬਾਅਦ ਜਿਵੇਂ ਕਿਹਾ ਗਿਆ ਇੱਕ ਵੱਡਾ ਬਿਆਨ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਮੈਂ ਅਸਤੀਫਾ ਤੱਕ ਦੇ ਦੇਣਗਾ ਅਗਰ ਇਹ ਬਿਲ ਪਾਸ ਨਹੀਂ ਹੁੰਦੇ ਹੈ ਗਵਰਨਰ ਸਾਹਿਬ ਨਹੀਂ ਕਰਦੇ ਹੈ ਹੁਣ ਦੇਖਣਾ ਹੋਵੇਗਾ ਗਵਰਨਰ ਤੇ ਡਿਪੈਂਡ ਕਰਦਾ ਹੈ ਗਵਰਨਰ ਕੀ ਕਹਿਣਗੇ ਔਰ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਜਿਵੇਂ ਕਿਹਾ ਮੈਂ ਅਸਤੀਫਾ ਦੇ ਦੂੰਗਾ ਸਿਆਸੀ ਇੱਕ ਵੱਡਾ ਬਿਆਨ ਹੈਗਾ ਔਰ ਇਸ ਦਾ ਕੀ ਹੁਣ ਪੰਜਾਬ ਦੀ ਸਿਆਸਤ ਤੇ ਫਰਕ ਪੈਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਸਚਿੰਦ ਦੇ ਨਾਲ ਅਨਕੁਸ਼ ਕੋਲੀ ਵਲਡ ਪੰਜਾਬੀ ਟੀਵੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ